ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਅਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ ਯੂਟਿਊਬ ਚੈਨਲ ਨਾਲ। ਇਹ 8-8 ਪੈਨਲ ਦੇ 3 ਸਟਰਕਚਰ ਲੱਗੇ ਨੇ ਅਤੇ ਉਹ ਤੁਸੀਂ ਉੱਤੇ ਵੇਖ ਸਕਦੇ ਹੋ। 4 ਪੈਨਲ ਜਿਹੜੇ ਨੇ ਉਹ ਛੱਤ ਦੇ ਉੱਤੇ ਲੱਗੇ ਨੇ। ਟੋਟਲ 28 ਪੈਨਲ ਲੱਗੇ ਨੇ। 7.5 ਹਾਊਸ ਪਾਵਰ ਦਾ ਇਹ ਸਿਸਟਮ ਹੈ। ਬੇਸਿਕਲੀ ਇਹ ਵੀਡੀਓ ਬਣਾਉਣ ਦਾ ਮੁੱਖ ਮਕਸਦ ਤੁਹਾਨੂੰ ਇਹ ਸਿਸਟਮ ਵਿਖਾਉਣਾ ਹੈ ਕਿ ਸਸਤੇ ਸਿਸਟਮ ਦੇ ਵਿੱਚ ਕੀ ਦਿੱਕਤਾਂ ਹੁੰਦੀਆਂ ਨੇ, ਕੀ ਪਰੇਸ਼ਾਨੀਆਂ ਹੁੰਦੀਆਂ ਨੇ ਅਤੇ ਬਾਅਦ ਵਿੱਚ ਉਹਦਾ ਰਿਜ਼ਲਟ ਕੀ ਨਿਕਲਦਾ। ਇਹ ਸਿਸਟਮ ਦੇ ਵਿੱਚ ਵੀ ਕਾਫੀ ਦਿੱਕਤਾਂ, ਕਾਫੀ ਪਰੇਸ਼ਾਨੀਆਂ ਨੇ। ਪਰਫਾਰਮੈਂਸ ਨਹੀਂ ਆਉਂਦੀ ਵੀ ਪੰਪ ਦੀ, ਪੰਪ ਬਿਲਕੁਲ ਹੀ ਪਾਣੀ ਨਹੀਂ ਦੇਣ ਡਿਆ। ਅਤੇ ਇਹ 'ਚ ਤੁਹਾਨੂੰ ਜੇ ਵੀਡੀਓ 'ਚ ਜ਼ੂਮ ਕਰਕੇ ਵਿਖਾਈਏ, ਤੁਸੀਂ ਵੇਖ ਸਕਦੇ ਹੋ ਇਹਦੇ 'ਚ ਇਹ ਇੱਕ ਪੈਨਲ ਲੱਗਿਆ ਹੈ ਰੈਂਸਸ ਦਾ, 335 ਵਾਟ ਦਾ ਇਹ ਪੈਨਲ ਹੈ। ਅਤੇ ਇਸ ਪੂਰੇ ਸਟਰਕਚਰ ਦੇ ਉੱਤੇ 8 ਪੈਨਲ ਲੱਗੇ ਨੇ। 8 ਦੇ ਵਿੱਚੋਂ 4 ਪੈਨਲ ਨੇ ਜਿਹੜੇ ਉਹ ਰੈਂਸਸ ਕੰਪਨੀ ਦੇ ਲੱਗੇ ਨੇ ਅਤੇ 4 ਪੈਨਲ ਇਹ 'ਚ ਲੱਗੇ ਨੇ ਟਰੀਨਾ ਕੰਪਨੀ ਦੇ। ਜੇ ਤੁਹਾਨੂੰ ਅਸੀਂ ਸਟਿੱਕਰ ਦੇ ਵਿੱਚ ਵਿਖਾ ਦਿੰਦੇ ਹਾਂ, ਇਹਦੇ ਵਿੱਚ 4 ਪੈਨਲ 335 ਵਾਟ ਦੇ ਨੇ ਅਤੇ 4 ਪੈਨਲ ਟਰੀਨਾ ਕੰਪਨੀ ਦੇ ਨੇ ਜਿਹੜੇ 290 ਵਾਟ ਦੇ ਨੇ। ਸੋ ਇਹਦੇ 'ਚ ਜਿਵੇਂ ਤੁਸੀਂ ਵੇਖਿਆ, ਇਹਦੇ 'ਚ ਰੈਂਸਸ ਦੇ 4 ਪੈਨਲ ਨੇ ਜਿਹੜੇ 335 ਵਾਟ ਦੇ, ਉਹ ਨਵੇਂ ਲੱਗੇ ਨੇ ਅਤੇ ਜਿਹੜੇ ਟਰੀਨਾ ਕੰਪਨੀ ਦੇ 290 ਵਾਟ ਦੇ ਪੈਨਲ ਨੇ ਉਹ ਪੁਰਾਣੇ ਲੱਗੇ ਨੇ। ਸੋ ਇਹ ਸੀ ਫਸਟ ਟਾਵਰ ਅਤੇ ਹੁਣ ਤੁਹਾਨੂੰ ਅੱਗੇ ਚੱਲਦੇ ਹਾਂ, ਦੂਜਾ ਟਾਵਰ ਵਿਖਾਉਂਦੇ ਹਾਂ। ਇਸ ਟਾਵਰ ਦੇ ਉੱਤੇ ਵੀ ਜਿਹੜੇ ਪੈਨਲ ਲੱਗੇ ਨੇ ਉਹ ਟਰੀਨਾ ਕੰਪਨੀ ਦੇ ਲੱਗੇ ਨੇ, 290 ਵਾਟ ਦੇ। ਅਤੇ ਇਹਦੇ ਵਿੱਚ ਇੱਕ ਪੈਨਲ ਤੁਹਾਨੂੰ ਵਿਖਾਉਂਦੇ ਹਾਂ, ਉਹ ਵੀ ਟਰੀਨਾ ਕੰਪਨੀ ਦਾ ਲੱਗਿਆ ਹੈ, ਪਰ ਉਹ ਟਰੀਨਾ ਕੰਪਨੀ ਦਾ 290 ਦਾ ਨਹੀਂ, ਉਹ ਹੈਗਾ ਜੀ ਸ਼ਾਇਦ 315 ਹੈ। ਕਲੀਅਰ ਦਿਸਦਾ ਨਹੀਂ, ਸਟਿੱਕਰ ਥੋੜ੍ਹਾ ਮਿਟ ਗਿਆ ਇੱਥੋਂ। ਇਹ ਟਰੀਨਾ ਕੰਪਨੀ ਦਾ 315 ਵਾਟ ਦਾ ਪੈਨਲ ਲੱਗਿਆ ਹੈ ਅਤੇ ਬਾਕੀ ਜਿਹੜੇ ਨੇ ਉਹ 290 ਵਾਟ ਦੇ ਨੇ। ਮਤਲਬ ਇਹ ਦੋ ਟਾਵਰਾਂ ਦੇ ਵਿੱਚ ਹੀ 3 ਤਰ੍ਹਾਂ ਦੇ ਪੈਨਲ ਲੱਗ ਚੁੱਕੇ ਨੇ। ਅੱਗੇ ਹੁਣ ਤੁਹਾਨੂੰ ਤੀਜਾ ਟਾਵਰ ਵਿਖਾਉਂਦੇ ਹਾਂ, ਉੱਤੇ ਵੀ ਚੈੱਕ ਕਰਦੇ ਹਾਂ ਉੱਤੇ ਪੈਨਲ ਕਿਹੜੇ ਲੱਗੇ ਨੇ। ਇਹ ਖਾਸ ਵੀਡੀਓ ਉਹਨਾਂ ਵਾਸਤੇ ਵੇ ਜਿੱਥੇ ਕਹਿ ਦਿੰਦੇ ਨੇ ਜੀ ਰੇਟ ਦਾ ਬਹੁਤ ਫਰਕ ਹੈ। ਆਹ ਵੇਖੋ, ਇਹਦੇ 'ਚ ਵੀ ਲਗਭਗ 7 ਪੈਨਲ ਨੇ ਜਿਹੜੇ ਉਹ ਟਰੀਨਾ ਦੇ ਲੱਗੇ ਨੇ ਅਤੇ ਇੱਕ ਪੈਨਲ ਇਹਦੇ 'ਚ ਵੀ 315 ਜਾਂ ਸ਼ਾਇਦ 325 ਵਾਟ ਦਾ ਲੱਗਿਆ ਇਹਦੇ ਵਿੱਚ, ਬਾਕੀ 290 ਦੇ ਨੇ, ਇੱਕ 325 ਵਾਟ ਦਾ। ਇਸ ਤੋਂ ਬਾਅਦ ਤੁਹਾਨੂੰ ਚੌਥਾ ਟਾਵਰ ਵਿਖਾਉਂਦੇ ਹਾਂ, ਜਿਹੜਾ ਇੱਥੇ ਛੱਤ ਦੇ ਉੱਪਰ ਫਿਕਸ ਲੱਗਿਆ ਹੈ। ਉਹ ਲੱਗੇ ਨੇ ਪੈਨਲ, ਫਿਕਸ ਪੈਨਲ ਨੇ, ਵਾਰੀ ਕੰਪਨੀ ਦੇ ਨੇ, ਲਗਭਗ 445 ਵਾਟ ਦੇ ਲਾਗੇ ਤਾਗੇ ਮੋਨੋ ਹਾਫ ਕੱਟ ਲੱਗੇ ਨੇ। ਸੋ ਜੇ ਇਹ ਸਿਸਟਮ ਦੀ ਗੱਲ ਕਰੀਏ, ਇੱਥੇ ਇੱਕ ਸਿਸਟਮ ਦੇ ਵਿੱਚ 4 ਤਰ੍ਹਾਂ ਦੇ ਪੈਨਲ ਲੱਗੇ ਨੇ, 4 ਅਲੱਗ ਅਲੱਗ ਤਰ੍ਹਾਂ ਦੇ ਪੈਨਲ ਇੱਕੋ ਸਿਸਟਮ 'ਚ ਲਾਏ ਨੇ, ਜਿਹਦੇ ਵਿੱਚ 3 ਕੰਪਨੀਆਂ ਦੇ ਪੈਨਲ ਲੱਗੇ ਨੇ। ਇਹਦੇ ਵਿੱਚ ਹੀ ਪੋਲੀਕ੍ਰਿਸਟਲਾਈਨ ਦੇ ਪੈਨਲ ਨੇ ਅਤੇ ਵਿੱਚ ਮੋਨੋ ਹਾਫ ਕੱਟ ਦੇ ਵੀ ਲੱਗੇ ਨੇ। ਰੈਂਸਸ ਦੇ ਪੈਨਲ ਲੱਗੇ ਨੇ, ਟਰੀਨਾ ਕੰਪਨੀ ਦੇ 2 ਤਰ੍ਹਾਂ ਦੇ ਪੈਨਲ ਨੇ ਅਤੇ ਵਿੱਚ ਜਿਹੜੇ ਵਾਰੀ ਕੰਪਨੀ ਦੇ ਪੈਨਲ ਨੇ ਉਹ ਮੋਨੋ ਹਾਫ ਕੱਟ ਦੇ ਪੈਨਲ ਨੇ 445 ਵਾਟ ਦੇ। ਅਤੇ ਜੇ ਪੂਰੇ ਸੋਲਰ ਸਿਸਟਮ ਦੀ ਗੱਲ ਕਰੀਏ, ਇਹ ਸਿਸਟਮ ਦੇ ਵਿੱਚ ਕੁਛ ਕੁ ਪੈਨਲਾਂ ਨੂੰ ਛੱਡ ਕੇ ਬਾਕੀ ਸਾਰੇ ਪੈਨਲ ਜਿਹੜੇ ਨੇ ਉਹ ਪੁਰਾਣੇ ਲੱਗੇ ਨੇ। ਸੋ ਪੁਰਾਣੇ ਪੈਨਲ ਜਿਹੜੇ ਨੇ ਉਹ ਕਦੇ ਵੀ ਪਰਫੋਰਮੈਂਸ ਨਹੀਂ ਦੇ ਸਕਦੇ ਚੰਗੀ ਤਰ੍ਹਾਂ। ਆਹ ਵੇਖੋ, ਇਹ ਨਿਸ਼ਾਨੀ ਹੁੰਦੀ ਹੈ ਪੁਰਾਣੇ ਪੈਨਲ ਦੀ, ਜਿੱਥੇ ਵੀ ਇਹ ਪਹਿਲਾਂ ਪੈਨਲ ਲੱਗਿਆ ਸੀ ਉੱਥੇ ਇਹ ਕੱਸੇ ਹੋਣ ਕਰਕੇ ਅਤੇ ਪਹਿਲਾਂ ਨਿਸ਼ਾਨ ਬਣੇ ਨੇ, ਤਾਂ ਇੱਥੋਂ ਪਤਾ ਲੱਗਦਾ ਪੈਨਲ ਨਵਾਂ ਹੈ ਜਾਂ ਪੁਰਾਣਾ। ਸੋ ਜਿੱਦਾਂ ਵੀ ਪੈਨਲ ਉੱਥੇ ਕੱਸਿਆ ਜਾਂਦਾ, ਉਹਦੇ ਕਲੈਂਪ ਦਾ ਨਿਸ਼ਾਨ ਉੱਤੇ ਛਪ ਜਾਂਦਾ, ਉੱਥੇ ਦਾਗ ਪੈ ਜਾਂਦਾ, ਇਹ ਪਛਾਣ ਹੈ ਪੁਰਾਣੇ ਪੈਨਲ ਦੀ। ਸੋ ਨਵੇਂ ਪੁਰਾਣੇ ਪੈਨਲ ਲਾ ਕੇ ਇਹ ਸਿਸਟਮ ਨੂੰ ਚੱਲਦਾ ਕੀਤਾ ਹੈ। ਚੱਲਣਾ ਵੀ ਇਹਨੇ ਕਾਹਦਾ ਹੈ, ਜਦੋਂ ਸਿਸਟਮ 'ਚ ਜਾਣ ਹੀ ਹੈ ਨਹੀਂ, ਸਿਸਟਮ ਦੀ ਕੋਈ ਪਰਫੋਰਮੈਂਸ ਨਹੀਂ, ਕੋਈ ਵਧੀਆ ਤਰੀਕੇ ਨਾਲ ਸਿਸਟਮ ਚੱਲਦਾ ਨਹੀਂ ਪਿਆ, ਕੁੱਲ ਮਿਲਾ ਕੇ ਇਹ ਸਾਰਾ ਸਿਸਟਮ ਇਸ ਟਾਈਮ ਫੇਲ ਹੈ। ਹੁਣ ਜਦੋਂ ਸੋਲਰ ਪੰਪ ਲਾਉਂਦੇ ਹਾਂ, ਉਹਦੇ ਵਿੱਚ ਜਿਹੜੇ ਪੁਰਾਣੇ ਪੈਨਲ ਨੇ ਉਹਨਾਂ ਦਾ ਰਿਜ਼ਲਟ ਆ ਵੇਖੋ, ਇਹਦੇ ਵਿੱਚ ਪੈਨਲ ਬਿਲਕੁਲ ਖਰਾਬ ਹੈ, ਉੱਤੋਂ ਪਾਣੀ ਪੈ ਕੇ ਥੱਲੇ ਹਰੇਵਾਈ ਜੰਮੀ, ਇਹਦੇ 'ਚ ਪੈਨਲ ਖਰਾਬ ਹੋਣ ਕਰਕੇ ਪੈਨਲ ਛਿੱਜ ਗਿਆ, ਸੁਰਾਖ ਨੇ ਇਹਦੇ ਵਿੱਚ, ਅਤੇ ਇਹ ਬਿਲਕੁਲ ਹੀ ਸਿਸਟਮ ਹੈ ਜਿਹੜਾ ਇਹ ਬਿਜਲੀ ਪੈਦਾ ਨਹੀਂ ਕਰਦਾ ਹੋਣਾ। ਆਹ ਵੇਖੋ, ਆਹ ਪੈਨਲ ਦੇ ਵਿੱਚ ਵੀ ਸੁਰਾਖ ਹੈ, ਪੈਨਲ ਪੁਰਾਣੇ ਹੋਣ ਕਰਕੇ, ਖਰਾਬ ਹੋਣ ਕਰਕੇ ਜਿਹੜੀ ਸੋਲਰ ਸੈੱਲ ਦੀ
ਪੀਵੀ ਸ਼ੀਟ ਹੈ ਉਹਦੇ ਵਿੱਚ ਆਰ ਪਾਰ ਸੁਰਾਖ ਹੋ ਗਏ ਨੇ, ਪਾਣੀ ਦੂਜੇ ਪਾਸੇ ਆਉਂਦਾ ਹੈ ਜਿਹਦੇ ਕਰਕੇ ਇੱਥੇ ਆ ਵੇਖੋ ਹਰੇਵਾਈ ਜੰਗਾਲ ਅਤੇ ਆ ਸ਼ੋਰਟ ਸਰਕਿਟ ਹੋਣ ਦਾ ਇੱਥੇ ਡਰ ਰਹਿੰਦਾ ਹੈ। ਇਸ ਜਗ੍ਹਾ ਦੇ ਉੱਤੇ ਆਰ ਪਾਰ ਤੁਸੀਂ ਵੇਖ ਸਕਦੇ ਹੋ ਰੌਸ਼ਨੀ ਆਰ ਪਾਰ ਹੁੰਦੀ ਪਈ ਹੈ, ਇੱਥੋਂ ਪੈਨਲ ਬਿਲਕੁਲ ਖਰਾਬ ਹੋ ਚੁੱਕਿਆ ਹੈ। ਇਸ ਸੋਲਰ ਪੰਪ ਸਿਸਟਮ ਦੇ ਵਿੱਚ ਇਹ ਸਾਰੇ ਪੈਨਲ ਨੇ ਜਿਹੜੇ ਇਹ ਸ਼ੋਰਟ ਹੋ ਚੁੱਕੇ ਨੇ, ਜੇ ਇੱਥੇ ਹੱਥ ਲਾਵਾਂਗੇ ਤਾਂ ਇਹਤੋਂ ਕਰੰਟ ਵੀ ਲੱਗ ਸਕਦਾ। ਸੋ ਜਦੋਂ ਪੈਨਲ ਇੱਦਾਂ ਸ਼ੋਰਟ ਸਰਕਿਟ ਹੋ ਜਾਂਦਾ ਹੈ ਇਹਦੇ ਵਿੱਚ ਇਹ ਦਾਗ ਪੈ ਜਾਂਦੇ ਨੇ, ਪੀ ਵੀ ਸ਼ੀਟ ਖਰਾਬ ਹੋ ਜਾਂਦੀ ਹੈ ਅਤੇ ਪੈਨਲ ਦੀ ਪਰਫੋਰਮੈਂਸ ਬਿਲਕੁਲ ਖਤਮ ਹੋ ਜਾਂਦੀ ਹੈ। ਆ ਤੁਸੀਂ ਆਪਣੀ ਵੀਡੀਓ 'ਚ ਵੇਖ ਸਕਦੇ ਹੋ ਇਹ ਪੈਨਲ ਇੱਥੋਂ ਬਿਲਕੁਲ ਖਰਾਬ ਹੋ ਚੁੱਕਿਆ, ਇਹ ਬਿਜਲੀ ਪੈਦਾ ਕਰਨ ਵਿੱਚ ਸਮਰੱਥ ਨਹੀਂ ਰਿਹਾ। ਹੁਣ ਇਸ ਪੂਰੇ ਸਿਸਟਮ ਦੇ ਵਿੱਚ ਤੁਸੀਂ ਇਹ ਚੀਜ਼ਾਂ ਵੇਖ ਸਕਦੇ ਹੋ, ਆ ਇਸ ਪਾਸੇ ਵੀ ਤੁਸੀਂ ਵੇਖੋ ਇੱਥੋਂ ਵੀ ਸ਼ੋਰਟ ਸਰਕਿਟ ਹੈ। ਤੋ ਲਗਭਗ ਜਿਹੜੇ ਇਹਦੇ 'ਚ ਪੁਰਾਣੇ ਪੈਨਲ ਲੱਗੇ ਨੇ ਉਹ ਸਾਰੇ ਹੀ ਸ਼ੋਰਟ ਸਰਕਿਟ ਹੋਣ ਕਰਕੇ ਉਹਨਾਂ ਦੀ ਜਿਹੜੀ ਪਾਵਰ ਹੈ, ਜਿਹੜੀ ਉਹਨਾਂ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ, ਉਹ ਖਤਮ ਹੋ ਚੁੱਕੀ ਹੈ। ਸੋ ਸਸਤੇ ਰੇਟ 'ਤੇ ਜਦੋਂ ਆਪਾਂ ਸਿਸਟਮ ਲਵਾਉਣ ਦੀ ਗੱਲ ਕਰਦੇ ਹਾਂ, ਜਾਂ ਬਹੁਤ ਸਾਰੀਆਂ ਫਰਮਾਂ ਇੱਦਾਂ ਦੀਆਂ ਨੇ ਜਿਹੜੀਆਂ ਆਪਾਂ ਨੂੰ ਬਹੁਤ ਹੀ ਚੀਪ ਰੇਟ 'ਤੇ ਬਹੁਤ ਹੀ ਸਸਤੇ ਰੇਟ 'ਤੇ ਸੋਲਰ ਲਾਉਂਦੀਆਂ ਨੇ, ਉਹਦੇ ਵਿੱਚ ਐਵੇਂ ਦੀਆਂ ਦਿੱਕਤਾਂ ਆਉਣੀਆਂ ਲਾਜ਼ਮੀ ਨੇ। ਉਹਦੇ ਵਿੱਚ ਤੁਹਾਨੂੰ ਪੁਰਾਣੇ ਪੈਨਲ ਰੀਫਰਬਿਸ਼ ਕਰਕੇ ਵੀ ਲੱਗੇ ਹੋ ਸਕਦੇ ਨੇ, ਜਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ, ਬਹੁਤ ਸਾਰੇ ਕਿਸਾਨਾਂ ਨੂੰ ਜਾਣਕਾਰੀ ਨਹੀਂ ਹੁੰਦੀ, ਪੁਰਾਣੇ ਪੈਨਲ ਫਰਮਾਂ ਯੂਜ਼ ਕਰਕੇ ਉਹਦੇ ਵਿੱਚ ਸਿਸਟਮ ਲਾ ਦਿੰਦੀਆਂ ਨੇ। ਅਤੇ ਸਸਤੇ ਰੇਟਾਂ 'ਤੇ ਲੱਗੇ ਸਿਸਟਮ ਦਾ ਰਿਜ਼ਲਟ ਫਿਰ ਇਹ ਨਿਕਲਦਾ ਤੁਹਾਡੇ ਸਾਹਮਣੇ। ਮੈਂ ਵੀਡੀਓ ਦੇ ਵਿੱਚ ਸਾਈਟ ਵਿਜ਼ਿਟ ਕੀਤੀ, ਆਪਾਂ ਸਿਸਟਮ ਸਾਰਾ ਚੈੱਕ ਕੀਤਾ, ਵੱਡੇ ਭਾਅ ਜੀ ਗੁਰਜੀਤ ਸਿੰਘ ਨੇ ਕਿਸਾਨ ਵੀਰ ਨਾਲ ਜੋ ਵੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਅੱਗੇ ਸੁਣਾਉਂਦੇ ਹਾਂ। ਪਰ ਕੁੱਲ ਮਿਲਾ ਕੇ ਇਸ ਵੀਡੀਓ 'ਚ ਰਿਜ਼ਲਟ ਇਹ ਨਿਕਲਦਾ ਵੀ ਕਦੇ ਵੀ ਸਸਤੇ ਰੇਟ 'ਤੇ ਮਾੜਾ ਸਿਸਟਮ ਨਾ ਲਵਾਓ, ਇੱਕ ਚੰਗੀ ਫਰਮ ਤੋਂ ਵਧੀਆ ਕੁਆਲਿਟੀ ਦਾ ਸਿਸਟਮ ਲਵਾਓ ਜੋ ਚੰਗੀ ਪਰਫੋਰਮੈਂਸ ਦੇਵੇ ਅਤੇ ਸਾਲੋ ਸਾਲ ਤੁਹਾਡਾ ਸਾਥ ਦੇਵੇ। ਬਾਕੀ ਜੇ ਤੁਸੀਂ ਇੱਕ ਵਧੀਆ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਾਡਾ ਨੰਬਰ ਸਕਰੀਨ ਦੇ ਉੱਤੇ ਵੇ। ਅਤੇ ਜੇ ਤੁਹਾਡਾ ਕੋਈ ਪੁਰਾਣਾ ਸਿਸਟਮ ਲੱਗਿਆ ਉਹਦੇ 'ਚ ਕੋਈ ਦਿੱਕਤ ਹੈ, ਪਾਣੀ ਪੂਰਾ ਨਹੀਂ ਹੋਇਆ, ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡੇ ਸਿਸਟਮ ਦੀ ਸਮੱਸਿਆ ਦਾ ਹੱਲ ਕਰਕੇ ਦਿੱਤਾ ਜਾਵੇਗਾ। ਸੋ ਤੁਹਾਨੂੰ ਸਾਡੀ ਜੇ ਵੀਡੀਓ ਜਾਂ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ, ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਦਾ ਬਟਨ ਦੱਬਣਾ ਨਾ ਭੁੱਲਿਓ, ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਜੁੜੇ ਰਹੋ ਸਾਡੇ ਨਾਲ, ਵਿੰਦੇ ਰਹੋ ਸੋਲਰ ਟੈਕਨੀਕਲ ਯੂਟਿਊਬ ਚੈਨਲ ਪੰਜਾਬੀ ਡੈਰੀਮੈਨ ਸੋਲਰ।